ਅਵਾਜੀ ਕੰਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅੱਜ ਦੀਆਂ ਮੁੱਖ ਖਬਰਾਂ ਦੇ ਇੱਕ ਨਜ਼ਰ ਮਾਰਦੇ ਹਾਂ। 26 ਜਨਵਰੀ ਦੀ ਟਰੈਕਟਰ ਪਰੇਡ ਦੇ ਦੌਰਾਨ ਲਾਲ ਕਿਲੇ ਤੇ ਵਾਪਰੀ ਘਟਨਾ ਦੇ ਵਿੱਚ ਮੁੱਖ ਮੁਲਜ਼ਮ ਸਾਬਤ ਕੀਤੇ ਗਏ ਦੀਪ ਸਿੱਧੂ ਦੇ ਮਾਮਲੇ ਤੇ ਅਕਾਲੀ ਦਲ ਨੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਮਣੋ ਸਾਹਮਣੇ ਹੋ ਗਏ ਨੇ। ਅਕਾਲੀ ਦਲ ਦੇ ਦਿੱਲੀ ਤੋਂ ਸੀਨੀਅਰ ਆਗੂ ਮਨਜਿੰਦਰ ਸਿਰਸਾ ਨੇ ਜਿੱਥੇ ਕੱਲ੍ਹ ਆਖਿਆ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਪ ਸਿੱਧੂ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਏਗੀ, ਉੱਥੇ ਅੱਜ ਬਿਕਰਮ ਮਜੀਠੀਆ ਨੇ ਆਖਿਆ ਕਿ ਅਕਾਲੀ ਦਲ ਸ਼ਾਂਤੀਪੂਰਵਕ ਅੰਦੋਲਨ ਦਾ ਸਮਰਥਨ ਕਰਦਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਸ਼ਾਂਤਮਈ ਅੰਦੋਲਨ ਦਾ ਹਮਾਇਤੀ ਹੈ ਅਤੇ ਹਰ ਉਸ ਵਿਅਕਤੀ ਦੇ ਨਾਲ ਖੜਾ ਹੈ ਜਿਸ ਦੇ ਨਾਲ ਸਰਕਾਰ ਧੱਕਾ ਕਰ ਰਹੀ ਹੈ, ਪਰ ਅਕਾਲੀ ਦਲ ਉਸ ਵਿਅਕਤੀ ਦਾ ਸਾਥ ਨਹੀਂ ਦੇਵੇਗਾ ਜਿਹੜਾ ਭਾਜਪਾ ਦੇ ਇਸ਼ਾਰੇ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਖਾਸ ਤੌਰ ਤੇ ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਾਸਮ ਖਾਸ ਮਨਜਿੰਦਰ ਸਿੰਘ ਸਿਰਸਾ ਨੇ ਬੀਤੇ ਦਿਨੀ ਆਖਿਆ ਸੀ ਕਿ DGMC ਦੀਪ ਸਿੱਧੂ ਦੀ ਮਦਦ ਕਰਨ ਲਈ ਤਿਆਰ ਹੈ। ਉਹਨਾਂ ਬਕਾਇਦਾ ਕਿਹਾ ਸੀ ਕਿ ਉਹਨਾਂ ਦੀ ਦੀਪ ਸਿੱਧੂ ਨਾਲ ਫੋਨ ਤੇ ਗੱਲਬਾਤ ਵੀ ਹੋਈ ਹੈ ਅਤੇ ਉਸ ਨੂੰ ਕਾਨੂੰਨੀ ਮਦਦ ਦੇਣਗੇ। SCPC ਪ੍ਰਧਾਨ ਬੀਬੀ ਜਾਗੀਰ ਕੌਰ ਵੱਲੋਂ ਅੱਜ ਅੰਮ੍ਰਿਤਸਰ ਦੇ SCPC ਮੁੱਖ ਦਫ਼ਤਰ ਵਿੱਚ ਪ੍ਰੈਸ ਵਾਰਤਾ ਕੀਤੀ ਗਈ। ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ 2018 ਵਿੱਚ ਰੇਲ ਹਾਦਸਾ ਵਾਪਰਿਆ ਸੀ ਜਿਸ ਦੇ ਪੀੜਤ ਪਰਿਵਾਰਾਂ ਨੂੰ ਉਸ ਸਮੇਂ ਹੀ ਨੌਕਰੀਆਂ ਹੀ ਦੇ ਦੇਣੀਆਂ ਚਾਹੀਦੀਆਂ ਸੀ। ਉਹਨਾਂ ਕਿਹਾ ਕਿ 2 ਸਾਲਾਂ ਦੇ ਬਾਅਦ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਪੀੜਤ ਪਰਿਵਾਰਾਂ ਨੂੰ ਨੌਕਰੀ ਨਾ ਦੇ ਕੇ ਸਿਰਫ ਇੱਕ ਲੋਲੀਪੌਪ ਦਿੱਤਾ। ਦੂਜੇ ਪਾਸੇ ਉਹਨਾਂ ਨੇ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਵਿੱਚ ਪੇਸ਼ ਕੀਤੇ ਗਏ ਪਹਿਲੇ 4 ਬਜਟਾਂ ਵਿੱਚ ਆਮ ਜਨਤਾ ਨੂੰ ਕੁਝ ਵੀ ਹਾਸਲ ਨਹੀਂ ਹੋਇਆ। ਠੀਕ ਉਸੇ ਤਰ੍ਹਾਂ ਇਹ 5ਵਾਂ ਬਜਟ ਵੀ ਆਮ ਜਨਤਾ ਨੂੰ ਕੁਝ ਵੀ ਹਾਸਲ ਨਹੀਂ ਹੋਣ ਦੇਵੇਗਾ। ਅੱਗੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਫੜ ਕੇ ਝੂਠੀ ਸਹੁੰ ਖਾਧੀ ਸੀ ਕਿ ਹਰ ਪਰਿਵਾਰ ਨੂੰ ਨੌਕਰੀ ਦੇਣਗੇ, ਜਦਕਿ ਅਜਿਹਾ ਤਾਂ ਨਹੀਂ ਹੋ ਸਕਦਾ। ਇਸ ਲਈ ਲੋਕਾਂ ਨੂੰ ਖੁਦ ਸੋਚਣਾ ਚਾਹੀਦਾ ਕਿ ਉਹ ਅਜਿਹੇ ਝੂਠੇ ਦਾਅਵਿਆਂ ਤੋਂ ਕਿਸ ਤਰ੍ਹਾਂ ਬਚ ਕੇ ਰਹਿਣ, ਕਿਉਂਕਿ ਉਹ ਇਸ ਸਾਲ ਦੇ ਬਜਟ ਵਿੱਚ ਵੀ ਬਹੁਤ ਕੁਝ ਐਲਾਨ ਕਰਨਗੇ। ਪੰਜਾਬ ਦਾ ਬਜਟ 5 ਮਾਰਚ ਨੂੰ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਬਜਟ ਬਾਰੇ ਆਪਣਾ ਸਟੈਂਡ ਰੱਖਿਆ ਗਿਆ ਹੈ। ਉਹਨਾਂ ਨੇ ਕਰਜ਼ੇ ਵਿੱਚ ਡੁੱਬੇ ਸੂਬੇ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਕਮਰਾਨਾਂ ਨੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਅਤੇ ਇਹ ਸਿਰਫ ਪੰਜਾਬ ਦਾ ਹੱਕ ਮਾਰ ਕੇ ਆਪਣੇ ਢਿੱਡ ਭਰਨ ਵਿੱਚ ਲੱਗੇ ਹੋਏ ਨੇ। ਨਵਜੋਤ ਸਿੱਧੂ ਨੇ ਕਿਹਾ ਕਿ ਇਸੇ ਕਾਰਨ ਹੀ ਪੰਜਾਬ ਲਗਾਤਾਰ ਕਰਜ਼ਿਆਂ ਦੇ ਵਿੱਚ ਡੁੱਬਦਾ ਚਲਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੈਸਾ ਤਾਂ ਆ ਰਿਹਾ ਹੈ ਪਰ ਕਰਜ਼ਿਆਂ ਵਿੱਚ ਚਲਾ ਜਾਂਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਜੇਕਰ ਪੈਸਾ ਆ ਰਿਹਾ ਹੈ ਤਾਂ ਇਹ ਹਸਪਤਾਲਾਂ, ਸਰਕਾਰੀ ਸਕੂਲਾਂ, ਵੈਟਰਨਰੀ ਡਾਕਟਰਾਂ, ਹੜਤਾਲਾਂ ਕਰ ਰਹੇ ਅਧਿਆਪਕਾਂ ਦੇ ਕੋਲ ਕਿਉਂ ਨਹੀਂ ਜਾਂਦਾ। ਸਿੱਧੂ ਨੇ ਕਿਹਾ ਕਿ ਬਜਟ ਦਾ ਐਸਟੀਮੇਟ 88,000 ਰੁਪਏ ਕਰੋੜ ਦਾ ਹੈ, ਪਰ ਇਸ ਵਿੱਚੋਂ 67,000 ਕਰੋੜ ਰੁਪਏ ਦੀਆਂ ਦੇਣਦਾਰੀਆਂ ਹੀ ਬਾਕੀ ਨੇ। ਉਹਨਾਂ ਕਿਹਾ ਕਿ ਸੂਬੇ ਵਿੱਚ ਇਹ ਹਾਲਾਤ ਹਨ ਕਿ ਕਰਜ਼ਾ ਮੋੜਨ ਲਈ ਕਰਜ਼ਾ ਲੈਣਾ ਪੈ ਰਿਹਾ ਹੈ, ਤਾਂ ਫਿਰ ਅਸੀਂ ਵਿਕਾਸ ਦੀ ਗੱਲ ਕਿਵੇਂ ਸੋਚ ਸਕਦੇ ਹਾਂ। ਇਸ ਦੇ ਨਾਲ ਹੀ ਪੰਜਾਬ ਦੀਆਂ ਸਰਕਾਰਾਂ 'ਤੇ ਤੰਜ ਕੱਸਦਿਆਂ ਸਿੱਧੂ ਨੇ ਕਿਹਾ ਕਿ ਸੂਬੇ ਦੇ ਕੋਲ ਹਰ ਤਰ੍ਹਾਂ ਦੇ ਟੈਕਸ ਇਕੱਠੇ ਕਰਕੇ 33,000 ਕਰੋੜ ਰੁਪਇਆ ਆਇਆ ਹੈ, ਜਦੋਂ ਕਿ ਤਾਮਿਲਨਾਡੂ ਸਿਰਫ ਐਕਸਾਈਜ਼ ਟੈਕਸ ਤੋਂ ਹੀ 32,000 ਕਰੋੜ ਰੁਪਇਆ ਕਮਾ ਰਿਹਾ ਹੈ, ਤਾਂ ਫਿਰ ਪੰਜਾਬ ਕਿੱਥੇ ਸਟੈਂਡ ਕਰਦਾ ਹੈ। ਨਸ਼ਿਆਂ ਦੇ ਖਿਲਾਫ਼ ਇਸ ਸਾਲ ਦੇ ਲੁਧਿਆਣਾ ਪੁਲਿਸ ਵੱਲੋਂ ਸਭ ਤੋਂ ਵੱਡੀ ਕਾਰਵਾਈ ਸਾਹਮਣੇ ਆਈ ਹੈ, ਜਿਸ ਵਿੱਚ ਪੁਲਿਸ ਨੇ ਭਾਜਪਾ ਦੇ ਇੱਕ ਸਾਬਕਾ ਕੌਂਸਲਰ ਸਤੀਸ਼ ਨਾਗਰ ਦੇ ਘਰ ਛਾਪੇਮਾਰੀ ਕਰਕੇ ਨਸ਼ੇ ਵਾਲੀਆਂ ਗੋਲੀਆਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਇਹ ਛਾਪੇਮਾਰੀ ਜ਼ਿਲ੍ਹਾ ਮੈਜਿਸਟ੍ਰੇਟ, ਸਿਹਤ ਮਹਿਕਮੇ ਦੇ ਡਰੱਗ ਇੰਸਪੈਕਟਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਦੇ ਵਿੱਚ ਹੋਈ ਹੈ। ਇਸ ਦੌਰਾਨ ਪੁਲਿਸ ਨੇ ਮੁਲਜ਼ਮ ਸਾਬਕਾ ਕੌਂਸਲਰ ਦੇ ਘਰ ਦੀ 3ਜੀ ਮੰਜ਼ਿਲ ਤੇ ਬਣੇ ਕੈਮਰਿਆਂ 'ਚੋਂ ਪਾਬੰਦੀਸ਼ੁਦਾ 1,29,200 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਸਾਬਕਾ ਕੌਂਸਲਰ ਸਤੀਸ਼ ਨਾਗਰ ਅਤੇ ਉਸ ਦੇ 3 ਸਾਥੀਆਂ ਅਨੂਪ ਸ਼ਰਮਾ, ਹਿੰਮਤ ਅਤੇ ਰਜਿੰਦਰ ਨੂੰ ਵੀ ਨਾਮਜ਼ਦ ਕੀਤਾ ਹੈ। ਸਾਰੇ ਮੁਲਜ਼ਮਾਂ ਦੇ ਖਿਲਾਫ਼ NDPS ਐਕਟ ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ, ਪਰ ਅਜੇ ਕਿਸੇ ਦੀ ਵੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਅਤੇ ਕੋਈ ਵੀ ਅਧਿਕਾਰੀ ਕੁਝ ਬੋਲਣ ਲਈ ਤਿਆਰ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਖੁਦ ਇਸ ਕੇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਵੱਡਾ ਖੁਲਾਸਾ ਕਰਨਗੇ। ਗੁਜਰਾਤ ਦੀਆਂ ਸਥਾਨਕ ਚੋਣਾਂ ਵਿੱਚ BJP ਨੇ ਵੱਡੀ ਜਿੱਤ ਹਾਸਲ ਕੀਤੀ ਹੈ, ਉੱਥੇ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਕਾਂਗਰਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਗੁਜਰਾਤ ਵਿੱਚ ਕਾਂਗਰਸ ਪ੍ਰਧਾਨ ਅਮਿਤ ਚਾਵੜਾ ਨੇ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਦੁਪਹਿਰ 2 ਵਜੇ ਦੇ ਅੰਕੜਿਆਂ ਦੇ ਮੁਤਾਬਕ ਕੱਲ੍ਹ 8,473 ਸੀਟਾਂ 'ਚੋਂ ਹੁਣ 2,771 ਸੀਟਾਂ ਦੇ ਨਤੀਜੇ ਐਲਾਨੇ ਗਏ ਨੇ। ਇਹਨਾਂ ਵਿੱਚ 2,085 ਸੀਟਾਂ 'ਤੇ BJP ਅਤੇ 602 ਸੀਟਾਂ 'ਤੇ ਕਾਂਗਰਸ ਜੇਤੂ ਰਹੀ ਹੈ। ਆਮ ਆਦਮੀ ਪਾਰਟੀ ਨੇ 14 ਅਤੇ ਬਹੁਜਨ ਸਮਾਜ ਪਾਰਟੀ ਨੇ 5 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ। 42 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਹੈ। 8,473 ਸੀਟਾਂ ਵਿੱਚੋਂ 2,720 ਨਗਰ ਪਾਲਿਕਾ ਦੀਆਂ ਸੀਟਾਂ, ਜ਼ਿਲ੍ਹਾ ਪੰਚਾਇਤਾਂ ਦੀਆਂ 980 ਸੀਟਾਂ ਅਤੇ ਤਾਲੁਕ ਪੰਚਾਇਤਾਂ ਦੀ 4,773 ਸੀਟਾਂ ਸ਼ਾਮਲ ਨੇ। ਸਾਰੀਆਂ ਸੀਟਾਂ 'ਤੇ ਐਤਵਾਰ ਵੋਟਿੰਗ ਹੋਈ ਸੀ। ਸਥਾਨਕ ਚੋਣਾਂ ਵਿੱਚ 58.82% ਫੀਸਦ ਵੋਟਿੰਗ ਹੋਈ ਸੀ, ਜ਼ਿਲ੍ਹਾ ਪੰਚਾਇਤਾਂ ਵਿੱਚ 65.80% ਫੀਸਦ ਅਤੇ ਤਾਲੁਕ ਪੰਚਾਇਤਾਂ ਦੇ ਵਿੱਚ 66.60% ਫੀਸਦ ਵੋਟਿੰਗ ਹੋਈ ਸੀ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਬੰਨਿਆ ਹੈ। ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਮੰਗਲਵਾਰ ਨੂੰ ਇੱਕ ਵਾਰ ਫਿਰ ਗਲਤ ਦੱਸਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਲਏ ਗਏ ਅਜਿਹੇ ਫੈਸਲਿਆਂ ਦੇ ਕਾਰਨ ਹੀ ਅੱਜ ਦੇਸ਼ ਵਿੱਚ ਬੇਰੁਜ਼ਗਾਰ
बाकायदा सलाह मशवरा नहीं किया जाता। डॉक्टर मनमोहन सिंह ने कहा कि कर्जे की समस्या को सरकार ते भारतीय रिजर्व बैंक वालों आरजी उपाय नहीं छुपाया जा सकता, ये संकट छोटे ते दरमियान सैक्टर को प्रभावित कर सकता है। डॉक्टर मनमोहन सिंह ने कहा कि बेरोजगारी वधेरे है और संगठित खेतर तबाही मचा रहा है। यह संकट साल 2016 में बिना सोचे समझे ले गए नोटबंदी के फैसले तो पैदा होया। उन्होंने कहा कि IT सैक्टर डिजिटल मोड के कारण काम कर रहा है, पर महामारी ने सैर सपाटा सैक्टर से बहुत बुरा प्रभाव पाया। उन्होंने कहा कि सिक्ख्या सेहत वाल ध्यान केंद्रित कारण केरल के लोग देश और विश्व के सारे हिस्सों में नौकरियां प्राप्त करने के योग ने। संयुक्त किसान मोर्चा ने केंद्रीय ट्रेड यूनियन के सहयोग के साथ संघर्ष होर मजबूत करने 1 मार्च में एक सांझी मीटिंग की। राष्ट्रीय सेवा दल संगठन ने भी 3 खेतीबाड़ी कानूनों रद्द करने की मीटिंग की। महाराष्ट्र में चलाई दस्तखत मुहिम में 6,75,000 लोगों ने इन कानूनों रद्द करने दस्तखत किए। ये पत्र महाराष्ट्र के राज्यपाल कोश्यारी को सौंपा गया। उत्तराखंड के रुद्रपुर में भी किसान महापंचायत का आयोजन किया गया, जिस हजारों किसानों ने हिस्सा लिया। किसान आगुओं ने वध गिणती में गाजीपुर के मोर्चे पर पहुंचने की अपील की। इस दौरान किसान आगुओं ने कहा कि सरकार इस देश की खेती को कुछ समय तक कारां दे हत्थां विच देना चाहती है। इस दे नाल ही किसान आगुओं ने अपील की कि कोई भी किसान अपनी फसल ना साड़े। समूह किसान मोर्चा ने समूह किसानों को अंदोलन और फसलों दोवां नूं संभालने की अपील की। 15 मार्च में हसन खान मेवाती के शहीदी दिहाड़े से संयुक्त किसान मोर्चे की अगवाई हेठ चिरका विखे एक विशाल किसान पंचायत होगी, जिस विच संयुक्त किसान मोर्चे के आगू शामिल होणगे और मेवात के आगू भी शमूलियत करनगे। 28 जनवरी को दिल्ली पुलिस वालों गिरफ्तार किए गए हरविंदर सिंह पुत्र रजिंदर सिंह वासी पिंड लखेमाजरा के तिहाड़ जेल में रिहाई होने मगरों किसान जथेबंदियों ने सिंगू बार्डर से सिरोपाओ देकर सम्मानित किया। इस बारे जानकारी देते हुए किसान आगू सरपंच कुलवंत सिंह बरियाली, गुरजंट सिंह बड़ी और खजान सिंह फूलका ने दसा कि हरविंदर सिंह 28 जनवरी को सिंगू बार्डर से लगाए गए लंगर लिए मोटरसाइकिल से सवार होकर समान लैन गया तो नरेला इलाके अधीन पैंदे अलीपुर थाने की पुलिस वालों उसे गिरफ्तार कर लिया गया और उसकी रिहाई लिए किसानों ने अलीपुर थाने अगे धरना लाया। किसानों ने दसा कि इस तो बाद दिल्ली पुलिस ने उस विरुद्ध मामला दर्ज करके उसे तिहाड़ जेल में भेज दिया। हरविंदर सिंह की 1 महीने बाद मानयोग अदालत ने जमानत मंजूर की। अज तिहाड़ जेल में रिहा होने उपरंत सीधा सिंगू बार्डर से पहुंचा, जिथे किसान जथेबंदी ने हरविंदर सिंह का सरोपा पा के सम्मानित किया। किसानों ने दसा कि संघर्षशील किसानों लिए बनूड़ इलाके के वसनीकों वालों लंगर लगाया हुआ है और उक्त किसान इतने 28 नवंबर तो सेवा कर रहे हैं। किसानों ने कहा कि जदों तक केंद्र सरकार वालों कारपोरेट घराणे नूं लाभ पहुंचाने लिए बनाए गए काले कानून रद्द नहीं किए जाते, उदों तक दिल्ली के वख-वख बार्डर से संघर्ष इसे तरह चलता रहेगा। इस मौके सुखविंदर बल्ला कुरड़ी, अवतार रायपर, इकबाल कुरड़ी, लाला बड़ी, छिंदा कुरड़ी तो इलावा होर सैकड़े के करीब किसान से तिहाड़ जेल में रिहा होकर आए किसान हरविंदर सिंह का केंद्र सरकार वालों लियाए गए खेती कानूनों के खिलाफ देशव्यापी किसान अंदोलन में जूझनिया जथेबंदियों वालों हुण पिंडां विच मीटिंगां का सिलसिला जारी है। लोगों को मोदी सरकार के किसान विरोधी फैसलों के खिलाफ लामबंद किया जा रहा है। पिंड माजरी अकालिया फरीदपुर विखे पिंड वासियों के सहयोग के नाल हुण इस इकट्ठ के दौरान मोदी सरकार ने किसान विरोधी नीतियां की पोल खोलते हुए जम के नारेबाजी की गई। किसान यूनियन एकता उग्राहां के आगू अवतार सिंह सिद्धू, जसवीर सिंह संधु, हरभजन सिंह सिद्धू माजरी, सुखविंदर सिंह रीठखेड़ी, जसपाल सिंह सरपंच फरीदपुर ने कहा कि अंदोलन इसे तरह जारी रहेगा भावें आने वाले दिनों में गर्मी होवे या हड़ी का सीजन। किसान अपने हकों के लिए दिल्ली दी सरहदां ते इसे तरह डटे रहेंगे। गर्मी को देखते हुए किसानों लिए पखे, कूलर ते फ्रिज भेजे जा रहे हैं। स्पैशल ट्राली शैडा का इंतजाम भी किया गया है। सो अज दीआं मुख खबरां हुण समाप्त करदे आं। धन्नवाद।